ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅਸੀਂ ਬਹੁਤ ਧੰਨਵਾਦੀ ਹੈਗੇ ਹਾਂ ਪ੍ਰਿੰਸੀਪਲ ਮੈਮ ਦੇ ਅਤੇ ਇਹਨਾਂ ਦੇ ਸਾਰੇ ਸਟਾਫ ਦੇ ਕਿ ਜਿਨ੍ਹਾਂ ਨੇ ਸਾਡੀ ਬੱਚੀ ਨੂੰ ਇਸ ਮੁਕਾਮ 'ਤੇ ਪਹੁੰਚਾਉਣ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਤੁਹਾਡੀ ਮਦਦ ਕੀਤੀ। ਬਹੁਤ ਬਹੁਤ ਧੰਨਵਾਦ। ਹਾਂਜੀ, ਉਹ ਨਾ ਵੀਰ ਜੀ ਥੋੜ੍ਹਾ ਜਿਹਾ ਬੋਲ ਨਹੀਂ ਸਕੇ, ਮੈਂ ਤੁਹਾਨੂੰ ਖੁਦ ਦੱਸਣਾ ਚਾਹਾਂਗੀ। ਜਾਣਦੇ ਹੋਣੇ ਤੁਸੀਂ ਇਹਨਾਂ ਨੂੰ, ਜੇ ਨਹੀਂ ਜਾਣਦੇ ਮੈਂ ਥੋੜ੍ਹੀ ਜਿਹੀ ਇੰਟਰੋਡਕਸ਼ਨ ਦਊਂਗੀ। ਭਾਅ ਜੀ ਹਰਜੀਤ ਸਿੰਘ, ਇਹਨਾਂ ਦਾ ਬਿਜਲੀ ਦੀ ਦੁਕਾਨ ਹੈ, ਬਿਜਲੀ ਦਾ ਕੰਮ ਕਰਦੇ ਆ। ਅਤੇ ਮੈਡਮ ਗੁਰਪ੍ਰੀਤ ਕੌਰ, ਇਹਨਾਂ ਦੀ ਬੁਟੀਕ ਹੈ। ਅਤੇ ਜਦੋਂ ਨਾ ਇਹ ਬੱਚੀ ਬਿਲਕੁਲ ਨਰਸਰੀ 'ਚ ਸਾਡੇ ਕੋਲ ਆਈ ਸੀ, 2.5 ਸਾਲ ਦੀ ਸੀ ਜਦੋਂ ਇਹ ਨਰਸਰੀ 'ਚ ਪਈ ਸੀਗੀ। ਅਤੇ ਬੜੇ ਹੀ ਪਿਆਰ ਦੇ ਨਾਲ ਉਹਦੀਆਂ ਗੱਲਾਂ ਹੀ ਇੱਦਾਂ ਦੀਆਂ ਹੁੰਦੀਆਂ ਸੀਗੀਆਂ। ਉਹਦੀ ਨਾ 3rd ਕਲਾਸ ਦੀ ਮੈਂ ਇੱਕ ਦਿਨ ਫੋਟੋ ਵੀ ਸ਼ੇਅਰ ਕੀਤੀ ਸੀਗੀ, ਜਦੋਂ ਫੈਂਸੀ ਡਰੈਸ 'ਚ ਨਹੀਂ, ਇੱਥੇ ਜਦੋਂ ਬੱਚਿਆਂ ਨੂੰ ਖੜ੍ਹੇ ਕਰਾ ਕੇ ਫੈਂਸੀ ਡਰੈਸ ਤੁਹਾਡੇ ਵੀ ਤੁਸੀਂ ਵੀ ਬੱਚਿਆਂ ਨੂੰ ਤਿਆਰ ਕੀਤਾ ਸੀਗਾ। ਇੱਦਾਂ ਹੀ ਉਹ ਕੁੜੀ ਨਾ ਡਾਕਟਰ ਦੀ ਡਰੈਸ 'ਚ ਆਈ ਸੀ, ਪ੍ਰਿੰਸ ਪ੍ਰੀਤ ਕੌਰ ਇਹਨਾਂ ਦੀ ਬੇਟੀ। ਅਤੇ ਮੈਂ ਉਹਨੂੰ ਕਿਹਾ ਵੀ ਬੱਚੇ ਤੁਹਾਨੂੰ ਕੀ ਬਣਨਾ, ਕਹਿੰਦੀ ਮੈਂ ਡਾਕਟਰ ਬਣਨਾ। ਮੈਂ ਕਿਹਾ ਅੱਜ ਦਾ ਦਿਨ ਜਾਂ ਬਾਅਦ 'ਚ ਵੀ? ਅਤੇ ਕਹਿੰਦੀ ਨਹੀਂ ਮੈਡਮ ਜੀ, ਬਾਅਦ 'ਚ ਵੀ ਬਣਨਾ, ਮੈਂ ਅੱਜ ਦਾ ਦਿਨ ਹੀ ਨਹੀਂ, ਬਾਅਦ ਵਿੱਚ ਵੀ ਬਣਾਂਗੀ। ਔਰ ਉਹ ਬੱਚੀ ਨੇ ਕਰਕੇ ਦਿਖਾਇਆ, ਬੜੀ ਕਾਫੀ ਜ਼ਿਆਦਾ ਪ੍ਰੋਬਲਮਸ ਇਹਨਾਂ ਨੂੰ ਵੀ ਆਈਆਂ, ਮੈਨੂੰ ਇਹਨਾਂ ਦੀ ਸਾਰੀ ਹਿਸਟਰੀ ਪਤਾ ਆ, ਆਪਾਂ ਕਿਉਂਕਿ ਗੱਲਬਾਤ ਕਰਦੇ ਰਹਿੰਦੇ। ਅਤੇ ਕਾਫੀ ਜ਼ਿਆਦਾ ਪ੍ਰੋਬਲਮਸ ਆਈਆਂ ਫਾਈਨੈਂਸ਼ਲੀ ਵੀ, ਕਿ ਬੱਚੇ ਨੂੰ ਭੇਜਣਾ ਔਰ ਬੱਚੇ ਦਾ ਕਾਫੀ ਜ਼ਿਆਦਾ ਖਰਚਾ ਹੋ ਜਾਂਦਾ। ਔਰ ਇਹਨਾਂ ਨੇ ਦਿਨ ਰਾਤ ਮਿਹਨਤ ਕਰਕੇ, ਤੁਸੀਂ ਦੇਖਿਆ ਹੋਣਾ ਇਹਨਾਂ ਦੀ ਵੀ ਠੀਕ ਹੈ, ਕਈ ਵਾਰ ਰਾਤ ਦੇ 12-12 ਵਜੇ ਤੱਕ, 1-1 ਵਜੇ ਤੱਕ ਵੀ ਇਹ ਕੱਪੜੇ ਸਿਲਾਈ ਕਰਦੇ ਰਹੇ, ਕਿ ਬੱਚੀ ਦੀ ਫੀਸ ਜਿਹੜੀ ਉਹ ਆਪਾਂ ਪੂਰੀ ਆਉਣ ਦਾ ਟਾਈਮ ਜਿਹੜੀ ਉਹ ਦੇਣੀ ਹੈ। ਅਤੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ। ਮੈਂ ਇਹਨਾਂ ਨੂੰ ਇਸ ਕਰਕੇ ਬੁਲਾਇਆ ਸੀਗਾ ਵੀ ਸੁਪਨੇ ਪੈਸਿਆਂ ਦੇ ਮਥਾਜ ਨਹੀਂ ਹੁੰਦੇ, ਵੀ ਜੇ ਸਾਡੀ ਜੇਬ 'ਚ ਪੈਸਾ ਆਇਆ ਤਾਂ ਆਪਾਂ ਫਿਰ ਹੀ ਆਪਣੇ ਸੁਪਨੇ ਪੂਰੇ ਕਰ ਸਕਦੇ ਹਾਂ। ਸੁਪਨੇ ਮਿਹਨਤ ਦੇ ਮਥਾਜ ਹੁੰਦੇ ਆ, ਕਿ ਜੇਕਰ ਅਸੀਂ ਕੁਝ ਠਾਣ ਲਈਏ ਅਤੇ ਫਿਰ ਉਹਦੇ ਉੱਪਰ ਪੂਰਾ ਪੈਰਾ ਦੇਈਏ, ਪੂਰੀ ਮਿਹਨਤ ਕਰੀਏ, ਅਤੇ ਅਸੀਂ ਕੁਛ ਵੀ ਪ੍ਰਾਪਤ ਕਰ ਸਕਦੇ ਹਾਂ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਇੱਥੇ ਆਇਓ ਅਤੇ ਸਾਰੇ ਇੱਕ ਵਾਰੀ ਇਹਨਾਂ ਲਈ ਕਲੈਪਿੰਗ ਕਰੋ। ਹਾਂਜੀ, ਇਹੋ ਜਿਹੇ ਪੇਰੈਂਟਸ ਇੰਸਪੀਰੇਸ਼ਨ ਨੇ ਸਾਡੇ ਲਈ, ਕਿ ਜਿਹੜੇ ਦਿਨ ਰਾਤ ਮਿਹਨਤ ਕਰਕੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕਰਦੇ। ਬੱਚੇ ਤਾਂ ਬਹੁਤ ਜ਼ਿਆਦਾ ਇੰਸਪੀਰੇਸ਼ਨ ਨੇ, ਕਿ ਉਹ ਬੱਚੀ ਨੇ ਦਿਨ ਰਾਤ ਮਿਹਨਤ ਕੀਤੀ ਔਰ ਲਗਾਤਾਰ। ਕਈ ਵਾਰ ਇੱਦਾਂ ਦੇ ਹਾਲਾਤ ਵੀ ਆਏ ਵੀ ਉਹਨੂੰ ਕਿਹਾ ਵੀ ਬੱਚੇ ਰਹਿਣ ਦੇ, ਇਸ ਵੇਲੇ ਉਹ ਗੌਰਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ MBBS ਦੀ ਪੜ੍ਹਾਈ ਕਰ ਰਹੀ ਹੈ। ਬਹੁਤ ਹੀ ਮਤਲਬ ਸ਼ੁਰੂ ਤੋਂ ਲੈ ਕੇ ਉਹਨੇ ਬਹੁਤ ਜ਼ਿਆਦਾ ਮਿਹਨਤ ਕੀਤੀ, ਅਤੇ ਮੈਂ ਕਹਾਂਗੀ ਸਭ ਤੋਂ ਜ਼ਿਆਦਾ ਮਿਹਨਤ ਜਿਹੜੀ ਉਹ ਪੇਰੈਂਟਸ ਦੀ ਹੈ। ਅਤੇ ਆਪਣਾ ਸਾਰਿਆਂ ਲਈ ਇਹ ਇੰਸਪੀਰੇਸ਼ਨ ਨੇ। ਥੈਂਕ ਯੂ ਜੀ।